ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸ਼ਗਨ ਟਰੱਸਟ ਲਾਈਨ ਤੋਂ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਮਾਲਟਾ ਦੇ ਸਟੱਡੀ ਵੀਜ਼ੇ ਬਾਰੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਲਾਸਟ 2 ਤੋਂ 3 ਇਨਟੇਕ ਸੀ ਜਿਹੜੇ ਉਹ ਮਿਸ ਹੋ ਚੁੱਕੇ ਨੇ ਕਿਉਂਕਿ BFS ਓਪਨ ਨਹੀਂ ਸੀਗਾ ਮਾਲਟਾ ਦਾ। ਬਟ ਜਿਹੜੀ ਹੁਣ ਰੀਸੈਂਟ ਆਪਣੇ ਕੋਲ ਇਨਫੋਰਮੇਸ਼ਨ ਆਈ ਆ ਜੁਲਾਈ ਦੇ ਲਾਸਟ ਵੀਕ ਦੇ ਵਿੱਚ ਜਿਹੜਾ ਕਿ BFS ਹੈ ਓਪਨ ਹੋ ਰਿਹਾ। ਬਟ ਇਹਦੇ ਲਈ ਸਪੈਸ਼ਲ ਆਪਾਂ ਨੂੰ ਜਿਹੜੀਆਂ ਕਿ ਅਪੁਆਇੰਟਮੈਂਟਾਂ ਮਾਲਟਾ ਤੋਂ ਲੈਣੀਆਂ ਪੈਣਗੀਆਂ। ਸਿਰਫ ਹੈਲਥ ਕੇਅਰ ਦੇ ਜਿਹੜੇ ਡਿਪਲੋਮੇ ਨੇ ਲੈਵਲ 4 ਅਤੇ ਲੈਵਲ 5 ਦੇ, ਸਿਰਫ ਉਹੀ ਜਿਹੜੀਆਂ ਅਪੁਆਇੰਟਮੈਂਟਸ ਨੇ ਅਪਰੂਵ ਹੋਣਗੀਆਂ ਮਾਲਟਾ ਤੋਂ। ਦੈਨ ਉਹਨਾਂ ਦੀ ਹੀ ਜਿਹੜੀ ਫਾਈਲ ਹੈ ਉਹ ਸਬਮਿਸ਼ਨ ਹੋਊਗੀ ਦਿੱਲੀ ਐਮਬੈਸੀ ਦੇ ਵਿੱਚ। ਜਿਹੜੇ ਵੀ ਬੱਚਿਆਂ ਦੀਆਂ ਸਾਡੇ ਕੋਲ ਫਾਈਲਸ ਆਈਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਆਫਰ ਲੈਟਰ ਪ੍ਰੋਵਾਈਡ ਕਰਵਾ ਚੁੱਕੇ ਹਾਂ, ਉਹ ਇੱਕ ਵਾਰ ਸਾਡੇ ਨਾਲ ਦੁਬਾਰਾ ਸੰਪਰਕ ਕਰ ਲੈਣ ਅਤੇ ਜਿਹੜੀ ਇਹ ਡਾਕੂਮੈਂਟੇਸ਼ਨ ਆ ਉਹਨਾਂ ਨੂੰ ਅਸੀਂ ਦੱਸ ਦਾਂਗੇ, ਉਹ ਰੈਡੀ ਕਰ ਲੈਣ ਤਾਂ ਜੋ ਆਪਾਂ ਜਦੋਂ ਵੀ ਆਪਾਂ ਨੂੰ ਅਪੁਆਇੰਟਮੈਂਟ ਮਿਲਦੀ ਹੈ ਨਾਲ ਦਿਨ ਆਪਾਂ ਸਬਮਿਸ਼ਨ ਕਰਾ ਸਕੀਏ। ਉਸ ਤੋਂ ਬਾਅਦ ਜਦੋਂ ਆਪਾਂ ਇਹਦਾ ਸਬਮਿਸ਼ਨ ਕਰਵਾ ਦਿੰਦੇ ਹਾਂ Within 10 days ਆਪਾਂ ਨੂੰ ਈਮੇਲ ਆ ਜਾਏਗੀ। ਈਮੇਲ ਆਉਣ ਤੋਂ ਬਾਅਦ ਆਪਾਂ ਨੇ ਇੱਕ ਇੰਟਰਵਿਊ ਦੇਣ ਦੇ ਲਈ ਮਾਲਟਾ ਦੀ ਐਮਬੈਸੀ ਦੇ ਵਿੱਚ ਜਾਣਾ ਹੋਵੇਗਾ। ਅੰਬੈਸੀ 'ਚ ਮਾਲਟਾ ਦੀ ਇੰਟਰਵਿਊ ਦੇਣ ਤੋਂ ਬਾਅਦ ਜੇ ਤੁਸੀਂ 100% ਆਪਣਾ ਦਿੰਦੇ ਹੋ ਉੱਥੇ ਤਾਂ ਤੁਹਾਡਾ ਜਿਹੜਾ ਵੀਜ਼ਾ ਹੈ ਉਹ Within 2 to 3 days 'ਚ ਲੱਗ ਕੇ ਬਾਹਰ ਆ ਜਾਊਗਾ। ਇਸ ਤੋਂ ਬਾਅਦ ਜਿਹੜੀ ਫੀਸ ਹੈ ਉਹ ਵੀਜ਼ੇ ਤੋਂ ਬਾਅਦ ਹੀ ਤੁਹਾਨੂੰ ਪਤਾ ਅਸੀਂ ਲੈ ਰਹੇ ਹਾਂ। ਜੇ ਕੋਈ ਹੋਰ ਵੀ ਤੁਸੀਂ ਜਾਣਕਾਰੀ ਲੈਣੀ ਹੁੰਦੀ ਹੈ, ਮਾਲਟਾ ਸ਼ੈਨਿੰਗਨ ਵੀਜ਼ਾ ਅਤੇ ਇਹਦੇ ਵਿੱਚ ਤੁਸੀਂ ਬਹੁਤ ਜਲਦੀ ਆਪਣਾ ਵੀਜ਼ਾ ਲੈ ਸਕਦੇ ਹੋ। ਇਹ ਇੱਕ ਨਾ ਸਟੱਡੀ ਰਿਲੇਟਡ ਕੰਟਰੀ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾਫੀ ਤੁਸੀਂ ਐਡਸ ਦੇਖਦੇ ਹੋ ਕਿ ਹਾਂਜੀ ਲਿਥਾਨੀਆ ਦਾ ਵਰਕ, ਲਿਥਾਨੀਆ ਦਾ ਸਟੱਡੀ ਵੀਜ਼ਾ, ਲਟਵੀਆ ਦਾ ਸਟੱਡੀ ਵੀਜ਼ਾ ਜਾਂ ਹੋਰ ਕਾਫੀ ਕੰਟਰੀਜ਼ ਨੇ ਜਿਵੇਂ ਇਟਲੀ ਦਾ ਸਟੱਡੀ ਵੀਜ਼ਾ। ਉਹ ਕੰਟਰੀਜ਼ ਨੇ ਜਿਹੜੀਆਂ ਉਹ ਸਟੱਡੀ ਕੰਟਰੀਜ਼ ਨਹੀਂ ਹੈਗੀਆਂ, ਉੱਥੇ ਤੁਸੀਂ ਸਟੱਡੀ ਲਈ ਨਹੀਂ ਜਾ ਸਕਦੇ। ਸਟੱਡੀ ਕੰਟਰੀ ਜਿਹੜੀਆਂ ਸ਼ੈਨਿੰਗਨ 'ਚ ਮੋਸਟਲੀ ਆਉਂਦੇ ਨੇ, ਆਸਟਰੀਆ ਆਉਂਦਾ, ਮਾਲਟਾ ਆਉਂਦਾ, ਫਰਾਂਸ ਆਉਂਦਾ ਅਤੇ ਜਰਮਨੀ ਆਉਂਦਾ। ਇਹਨਾਂ ਕੰਟਰੀਜ਼ ਦਾ ਜੇ ਤੁਸੀਂ ਸਟੱਡੀ ਵੀਜ਼ਾ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਸਕਸੈਸ ਰੇਸ਼ੋ ਆ ਉਹ 100% ਹੀ ਹੁੰਦੀ ਆ ਜੇਕਰ ਤੁਹਾਨੂੰ ਇੰਟਰਵਿਊ ਦੀ ਪ੍ਰਪਰੇਸ਼ਨ ਜਿਹੜੀ ਵਧੀਆ ਇੰਸਟੀਟਿਊਟ ਤੋਂ ਵਧੀਆ ਗੋਲ ਦੇ ਨਾਲ ਤਿਆਰ ਕੀਤੀ ਜਾਵੇ ਕਿ ਤੁਸੀਂ ਕਿਉਂ ਉੱਥੇ ਜਾਣਾ ਚਾਹੁੰਦੇ ਹੋ। ਇਸ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਤਾਂ ਤੁਹਾਨੂੰ ਇੱਥੇ ਕੁਆਰੰਟਾਈਨ ਕਰਨ ਦੇ ਲਈ ਆਪਾਂ ਨੂੰ ਤੁਰਕੀ ਦੇ ਵਿੱਚ 10 ਦਿਨ ਦੀ ਸਟੇ ਰੱਖਣੀ ਪੈਂਦੀ ਹੈ। ਉਹ ਤੁਹਾਨੂੰ ਸਾਰਾ ਕਾਲਜ ਹੀ ਪ੍ਰੋਵਾਈਡ ਕਰਵਾਊਗਾ। ਇੱਥੋਂ ਤੁਸੀਂ ਤੁਰਕੀ ਜਾਂਦੇ ਹੋ, 10 ਦਿਨ ਸਟੇ ਹੋਣ ਤੋਂ ਬਾਅਦ 4 ਦਿਨ ਦੀ ਜਿਹੜੀ ਸਟੇ ਹੈ ਤੁਹਾਡੀ ਕੁਆਰੰਟਾਈਨ ਦੀ, ਉਹ ਮਾਲਟਾ 'ਚ ਹੀ ਹੋਵੇਗੀ। ਉਸ ਤੋਂ ਬਾਅਦ ਤੁਸੀਂ ਅੱਗੇ ਆਪਣਾ ਕਾਲਜ ਜੁਆਇਨ ਕਰ ਸਕਦੇ ਹੋ। 3 ਮੰਥ ਦੇ ਵਿੱਚ ਤੁਹਾਨੂੰ ਇੱਕ TRC ਕਾਰਡ ਮਿਲ ਜਾਂਦਾ, ਦੈਨ ਤੁਸੀਂ ਪੂਰਾ ਸ਼ੈਨਿੰਗਨ ਕਿਤੇ ਵੀ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦੇ ਹੋ ਅਤੇ ਤੁਸੀਂ ਆਪਣਾ 100% ਸਕਸੈਸ ਰੇਟ ਹੈ ਜਿਹੜਾ ਮਾਲਟਾ ਦਾ ਉਹ ਲੈ ਸਕਦੇ ਹੋ ਸਾਡੀ ਕੰਪਨੀ ਤੋਂ, ਜੇ ਤੁਸੀਂ ਸਾਡੇ ਤੋਂ ਵੀਜ਼ਾ ਲਗਵਾਉਂਦੇ ਹੋ। ਹੋਰ ਕੋਈ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ।